ਹੈਂ ਬਾਈ ਸਿਰ ਪਕਾਈ ਕਰਨੀ ਪੈਂਦੀ ਆ। ਪੱਕੀ ਦੱਸ, ਪੱਕੀ ਲੈ ਲਿਆ ਕਰਕੇ। ਫਿਰ ਤੂੰ ਦੱਸ ਹੁਣ ਪੱਕੀ ਯਾਰ ਕਰ ਲਾ ਦੇ ਕੇ ਆਪੀ ਕਰ। ਨਹੀਂ ਤੂੰ ਮੈਨੂੰ ਆ ਚੱਲ ਬਸ ਆ ਜਾ ਟੱਚ ਹੋਰ ਨਾਲ ਆਈ ਯਾਰ ਉਹ ਖੜ ਜਾ ਇੱਕ ਮਿੰਟ ਯਾਰ ਦੇਣੀਆਂ ਦੀ ਪੱਕੀ ਜਮਾਂ ਨਹੀਂ ਯਾਰ। ਹਾਂ ਬੱਚੇ ਖੜ ਗਏ ਅੱਗੇ ਫਿਰ ਕਿਤੇ ਸਾਨੂੰ ਕਿਤੇ ਮਾਰੂ ਗਾਂ ਕੱਢੀ ਜਾਂਦੇ ਕੋ ਵੀ ਅਸੀਂ ਤੁਹਾਡੀ ਪਹਿਲ ਆ ਬਾਈ ਜੇ ਤੁਸੀਂ ਲੈ ਸਕਦੇ ਲੈ ਲਓ ਨਾ ਨਾ ਅਸੀਂ ਤਾਂ ਕਹਾ ਬਾਈ ਜਾਂਦੇ ਉਹ ਨਹੀਂ ਯਾਰ ਅਸੀਂ ਤਾਂ ਕਹਾ ਬਾਈ ਜਾਂਦੇ ਉਹ ਐਂ ਨੀ ਗੱਲ ਹੈਗੀ ਕਈ ਮਗਰ ਗੱਲ ਕੀ ਬਾਈ ਇੱਕ ਮਿੰਟ ਅਸੀਂ ਖੜ ਗਏ ₹35,000 ਮੰਗਿਆ ਜੀ ਤਿਆਰ ਹੀ ਅਬਰੇ ਦਾ ਥੋੜਾ ਟਾਈਮ ਲੈਂਦੀ 35 ਬਾਈਆਂ ਤੋਂ ਮੰਗਿਆ ਜੀ ਬਾਈ ਵਾਂਗੂ ਬਹਿ ਕੇ ਹੋਦਾ ਨੀ ਕਰਦੇਗਾ ਪਤਾ ਲੜਾਈ ਵੀ ਹੋਊਗੀ ਹੋਰ ਕਰ ਲਾ ਇੱਕ ਹੀ ਲੈਣੀ ਆ ਹੋਰ ਕਰ ਲੈ ਹੋਰ ਕੋਈ ਸਿੰਘ ਦਾ ਚਾਚਾ ਕੰਧਾ ਕੁੰਧਾ ਨਾਲ ਕਸਾਈ ਜਾਂਦੀਆਂ ਨੇ ਯਾਰ ਬੈਠੀਆਂ ਫੜੀ ਉਹਨੂੰ ਪੱਠ ਨੂੰ ₹20,000 ਮੇਰੀ ਗੱਲ ਸੁਣ ਚੱਲ ਜਾ ਤੂੰ 10,000 ਤੋਂ ਚੱਲ ਪਾ ਤਾਂ ਵੀ ਕੋਈ ਗੱਲ ਨੀ ਪਰ ਵਿਕਣੀ ਤਾਂ ਉੱਥੇ ਹੈ ਜਿੱਥੇ ਦਾ ਅਸਲ ਘਰ ਆ ਘਰ ਤਾਂ ਫਿਰ ਐਵੇਂ ਜੇ ਮੈਂ ਤੁਹਾਨੂੰ 10,000 ਚੱਲ ਪੈਂਦਾ ਜਾਂ ਫਿਰ ਕਹਿੰਦਾ ਹੋਈ ਮੈਂ ਕਹਿੰਦਾ ਭਾਂ 2,000 ਤੋਂ ਚੱਲ ਪਾ ਸਿਰਫ ਕਈ ਬਾਹਲੀ ਕਰਨੀ ਪੈਂਦੀ ਯਾਰ ਹੈਂ ਬਾਹਲੀ ਸਿਰਫ ਕਈ ਕਰਨੀ ਪੈਂਦੀ ਯਾਰ ਪੱਕੀ ਦੱਸ ਪੱਕੀ ਲੈ ਲਿਆ ਕਰਕੇ ਫਿਰ ਤੂੰ ਦੱਸ ਹੁਣ ਪੱਕੀ ਯਾਰ ਕਰ ਲਾ ਦੇ ਕੈਪਟੀ ਕਰ ਨਹੀਂ ਤੂੰ ਮੈਨੂੰ ਆ ਜਾ ਸਿਰ ਯਾਰ 2,000 ਰੁਪਿਆ ਘੱਟ ਦੇ ਹਟ ਜਾ ਅੱਗੇ ਤੋਂ ਬੱਕਰ ਲੈ ਗਏ ਅਸੀਂ ਬਣ ਕੇ ਉੱਥੇ ਲੈ ਕੇ ਆ ਲਾਲ ਰੰਗ ਦੀ ਇਹੀ ਕੁਛ ਹੈਗੀ ਅਸੀਂ ਲੈ ਕੇ ਆ ਪਹਿਲਾਂ ਇੱਕ ਹੋਰ ਕਹਿੰਦੇ ਸਾਨੂੰ ਦੋ ਵਾਰ ਹੋ ਜਾਈ ਕਹਿੰਦੇ ਅਸੀਂ ਫਿਰ ਟੱਪ ਜਾਣੇ 32,000 ਦੀ ਪੱਠ ਲੈ ਯਾਰ ਚਾਚਾ ਜ਼ਿਆਦੀਆਂ ਗੱਲਾਂ ਮੈਨੂੰ ਪਤਾ ਕਿ ਉਹ ਝਾਕਦਾ ਨਹੀਂ ਹੈਗਾ ਉਹ ਝਾਕ ਹੁਣ ਛੱਡ ਦੇ ਚੀਜ਼ ਚੀਜ਼ ਦਾ 21,000 ਦੀ ਬੱਕਰੀ ਪਾ ਯਾਰ ਨਹੀਂ ਜੀ ਹੈਂ ਉਹਦੇ ਫਿਰ ਨਾ ਗੱਲ ਕਿਵੇਂ ਵੱਢਦੀ ਯਾਰ ਅੱਗੇ ਬਾਤੀ ਯਾਰ ਉਹ ਤਾਂ ਸਾਨੂੰ ਮੈਂ ਇੰਨੇ ਬਾਤ ਬਾਈ ਹੈ ਇੱਥੇ ਅੱਗੇ ਪਤਾ ਨਹੀਂ ਗੱਲ ਕਰੀ ਇਹਨਾਂ ਦੀ ਯਾਰ ਚਾਚਾ ਮੇਰੀ ਸੁਣ ਗੱਲ ਅਗਲੇ ਨੂੰ ਪੁੱਗ ਗਈ ਅਗਲਾ 18,000 ਚ ਦੇ ਗਿਆ 17,000 ਚ ਦੇ ਗਿਆ ਫ੍ਰੀ ਫੜਾ ਗਿਆ ਤੈਨੂੰ ਉਹ ਗੱਲ ਵੱਖਰੀ ਆ
ਜਿੱਥੇ ਆਪਾਂ ਨੂੰ ਪੁੱਗੂਗੀ ਆਪਾਂ ਦਵਾਂਗੇ ਨਾ ਤਾਂ ਆਪਾਂ ਨੂੰ ਉਹਦਾ ਪਤਾ ਅਗਲਾ ਕਿਵੇਂ ਲਿਆ ਕਿਵੇਂ ਨਹੀਂ ਥੱਲੇ ਆ ਜਾ ਤੂੰ ਯਾਰ ਥੱਲੇ ਆ ਕੇ ਤੂੰ ਦੱਸ ਤੂੰ ਬੋਲਣਾ ਹੁਣ ਤਾਂ ਪੱਕਾ ਬਾਈ ਦੀ ਪਾ ਲੈ ਨਹੀਂ ਹੁੰਦੀ ਬੱਕਰੀ 30,000 ਦੀ ਲਿਆ ਸੌਦਾ ਮਾਲ ਮੁੱਲ ਲੱਗਿਆ ਨੀ ਨਾ ਕਿ ਮਿਲਦੀਆਂ ਨੀ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਯਾਰ ਉਹ ਬਥੇਰੀਆਂ ਬਥੇਰੀਆਂ ਗੱਲ ਮਿਲਦੇ ਨੇ ਕਾਹਨੂੰ ਮਿਲਦੀਆਂ ਹਾਂ ਜੇ ਮੈਂ 15,000 ਰੁਪਏ ਲਾਈ ਜਾਵਾਂ ਇਹ ਵੀ ਗੱਲ ਮਾੜੀ ਹੈ ਚਾਚਾ ਮੈਂ ਉਹੀ ਗੱਲ ਕਹਿੰਦਾ 15 ਚਾਹੇ ਤੂੰ 5 ਲਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਨਹੀਂ ਤਾਂ ਤੁਸੀਂ ਗੁੱਸਾ ਵੀ ਕਰ ਜਾਂਦੇ ਹੋ ਗੁੱਸਾ ਕਾਹਦਾ ਇਹਦੇ ਚ ਜੇ ਮੈਂ 10 ਲਾ ਲਗਾ ਤੂੰ ਮੈਨੂੰ ਕਿ 10 ਲਾ ਖਰਾਬ ਕਰਦਾ ਫਿਰ ਮੈਂ 50 ਮੰਗ ਲੈਂਦਾ ਤੂੰ ਗਾ ਖੜੇ ਨਾ ਲਗਾ ਨਹੀਂ ਮੰਗ ਲੈ ਯਾਰ ਤੂੰ ਰਾਹ ਛੱਡ ਦੇ 25 ਤੋਂ ਥੱਲੇ ਆ ਜਾ ਨਹੀਂ 25 ਤੋਂ ਥੱਲੇ ਨਹੀਂ ਹੋਣੀ ਚਾਚਾ ਉੱਪਰ ਜਾਊਗੀ ਬੱਕਰੀ ਦੇ ਤੈਨੂੰ ਸਹੀ ਦੱਸਦਾ ਹਾਂ ਹੁਣ ਤੁਸੀਂ ਦੱਸੋ ਬਾਈ ਕਿਹਦਾ ਲੱਗ ਹੋਈ ਨਾ ਹੁਣ ਦੱਸ ਇੱਕ ਮਿੰਟ ਉਹ ਬੱਕਰੀ ਦਾ ਮੈਂ ਨਮੇੜ ਕੇ ਆ ਬੱਕਰੀ ਦਾ ਮੈਂ ਨਮੇੜ ਲਿਆ ਇਹਦੇ ਮੈਨੂੰ ਨਮੇੜ ਲੋ ਹੁਣ ਇਹ ਵਿਚਾਰੇ ਬੰਦੇ ਮਾਰਦੇ ਹਟ ਜਾ ਇੱਕ ਮਿੰਟ ਹਟ ਜਾ ਹਟ ਜਾ ਹੁਣ ਬੰਦੇ ਨੂੰ ਭਰੋਸਾ ਦਾ ਰੱਬ ਵਾਗਾ ਭਰੋਸਾ ਨਹੀਂ ਪਤਾ ਗੱਲ ਮੇਰੀ ਗੱਲ ਸੁਣ ਆਪਾਂ ਤਾਂ ਗੱਲ ਇੱਕ ਕਰਦੇ ਆ ਬਾਈਆਂ ਨੂੰ ਨਾ ਮਾਰ ਸਾਨੂੰ ਨਾ ਮਾਰ ਜਿੱਥੇ ਤੈਨੂੰ ਬੱਕਰੀ ਲੱਗਦੀ ਆ ਉੱਥੇ ਕਰ ਦੇ ਮੈਨੂੰ ਜਿਆਦਾ ਰੋਜਿਆਂ ਦਾ ਯਾਰ ਇੱਕ ਪਾਸੇ ਗੱਲ ਵੱਡੀ ਜੀ ਯਾਰ ਰੋਜਿਆਂ ਦਾ ਨਹੀਂ ਜਿਆਦਾ ਬਾਈ ਗੱਲ ਦਾ ਕਰਨਾ ਨਹੀਂਗਾ ਆਪਾਂ ਯਾਰ ਯਾਰ ਮੈਂ ਤੇਰੇ ਨਾਲ ਕੋਈ ਦੋ ਪੈਸੇ ਨਾਲ ਨਾਲ ਜਾਣ ਜਗਾ ਹੀ ਰਹੇ ਯਾਰ ਨਾਲ ਦਾ ਹੀ ਜਾਊਗਾ ਲੰਗਾ ਬੰਦਾ ਚੰਗਾ ਦੀ ਯਾਰ ਯਾਰ ਚਾਚਾ ਜੇ ਚੀਜ਼ ਆ ਤੇ ਤਾਂ ਹੀ ਆ ਲੈ ਫੜ ਕੇ ਬੱਕਰੀ ਨੂੰ ਨਾ ਫੜ 23,000 ਦੀ ਪਾ ਦੇ ਨਹੀਂ ਨਹੀਂ ਹੋਣੀ ਚਾਚਾ ਦੂਰ ਆ ਕੰਮ ਫਿਰ ਰਹਿਣ ਦੇ ਤੇਰੇ ਪੱਕਾ ਦੋ ਬਚੂਗਾ ਨਹੀਂ ਪਾ ਦੋ ਵਿੱਚ ਇੱਕ ਨਹੀਂ ਨਹੀਂ ਚਾਰ ਨਹੀਂ ਜਿਹਦਾ ਹੋ ਗਿਆ ਤੇ ਨਾ ਦੇ ਫਿਰ ਕੋਈ ਹੋਰ ਫੜਦਾ ਮੇਰੀ ਗੱਲ ਨਾਲ ਸਹਿਮਤ ਆ ਫਿਰ ਆਪਾਂ ਨੂੰ ਮਾਰਦੀ ਆ ਚਾਚਾ ਜੇ ਆਪਣੀ ਮੇਰੀ ਖਰੀਦ ਤੇ ਵੀ ਨਹੀਂ ਪਹੁੰਚਿਆ ਜੇ ਸਹੀ ਪੁੱਛੇ ਤੂੰ ਯਾਰ ਯਾਰ ਇਹਦਾ ਹੁਣ ਕੀ ਪਤਾ ਕਿਸ ਦੀ ਖਰੀਦ ਆ ਯਾਰ ਕਿਵੇਂ ਗੱਲ ਕੀ ਖੋਲੀ ਖਰੀਦ ਕਰੀ ਆ ਕਿਵੇਂ ਗੱਲਬਾਤ ਯਾਰ ਚਾਚਾ ਤੂੰ ਆਪ ਸਿਆਣਾ ਚੰਗਾ ਪਸ ਤਾਂ ਚੰਗੇ ਰੁਪਈਆਂ ਨਾਲ ਹੀ ਮਿਲਦਾ ਯਾਰ ਕਿਆਪਾ 24,000 ਦੀ ਯਾਰ ਨਹੀਂ ਪੈਂਦੀ ਚਲ ਪਸਾ ਜਾ ਟੱਚ ਹੋਰ ਨਾਲ ਆਈ ਯਾਰ ਉਹ ਖੜ ਜਾ ਇੱਕ ਮਿੰਟ ਯਾਰ ਦੇਣੀਆਂ ਦੀ ਬੱਕੀ ਜਮਾ ਨਹੀਂ ਯਾਰ ਤਾਂ ਹੁਣ ਜਮਾ ਇੰਟ ਦੇ ਗੱਲ ਬਾਕੀ ਮੈਂ ਤੇਰੇ ਦਿਲ ਦੀ ਬੋਝਦਾ ਤੂੰ 25 ਦੀ ਕਹੇਗਾ ਨਾ ਨਾ 25 ਦਾ ਮੰਨਦੇ ਨਹੀਂ ਇਹ ਠੀਕ ਹੈ ਨਾ ਹਾਂ ਇਹ ਨਹੀਂ ਮੰਨਦੇ ਉਹ ਵੀ ਦਿਖਾ ਦੇ ਉਹ ਹਲੋ ਬੱਕਰੀ ਤੂੰ ਲਿਜਾਣੀ ਆ ਮੈਂ ਇੱਕ ਹੀ ਗੱਲ ਕਹੂੰਗਾ 1,000 ਨਹੀਂ ਘਟਾਉਂਦਾ 500 ਨਹੀਂ ਘਟਾਉਂਦਾ 28,000 ਦੀ ਫੜ ਕੇ ਲੈ ਜਾ ਕਿੰਨੇ ਦੀ 28,000 ਦੀ ਨਹੀਂ ਬਈ 28 ਦੀ ਹਾਂ ਮੈਂ ਕਹਿੰਦਾ ਇੱਕ ਦੀ ਹੋ ਤੇਰੀ ਦੋ ਤੇਰੇ ਦੁੱਬ ਗਿਆ ਪਤਾ ਕੀ ਗੱਲ ਆ ਚਾਚਾ ਮੈਂ ਤੇਰੀ ਗੱਲ ਨਾਲ ਸਹਿਮਤ ਆ ਇੱਕ ਵੇਚ ਦੇ ਦੋ ਵੇਚ ਦੇ ਤਿੰਨ ਵੇਚ ਦੇ ਹਾਂ ਜਾਂ ਪੂਰੇ 25 ਨਹੀਂ ਮੈਂ ਤੇਰੀ ਦੋ ਵੇਚੂ ਮੈਂ ਤੇਰੇ ਦਿਲ ਦੀ ਪੁੱਛ ਗਿਆ ਸੀ ਨਹੀਂ ਹਟ ਜਾ ਯਾਰ ਇੱਕ ਮਿੰਟ ਗੱਬਣ ਬੱਕਰੀ ਆਏਗਾ ਹਾਂ ਖਬਰ ਆਈ ਹੈ ਕਿਵੇਂ ਹੋਈ ਯਾਰ ਯਾਰ ਗੱਬਣ ਹੋਣਾ ਸੀ ਇੱਕ ਮਿੰਟ ਦੋ ਬੱਚੇ ਵੀ ਹੋਣ ਬੱਕਰੀ ਮਗਰ ਕਿਹੜੀ ਦੇ ਜੇ ਇਹਦੇ ਵਾਂ ਦੋ ਬੱਚੇ ਹੁੰਦੇ ਹਾਂ ਤੇ ਕਿੰਨਾ ਮੁੱਲ ਵੱਢ ਜਾਂਦੀ ਫੇਰ ਕੀ ਵੱਢਦੀ ਗਾਂ ਖੂਨ ਵਾਲੀ ਹੈ ਕੀ ਵੱਢਦੀ ਹੈ ਨਹੀਂ ਬੱਚੇ ਦਾ ਜਾਣਾ ਜਾ ਕੇ ਵੇਚ ਲਾਵੇ ਹਾਂ ਫਿਰ ਉਹ ਬੱਚੇ ਦਾ ਦਊਗੀ ਜਾਂ ਢਿੱਡ 'ਚ ਨੇ ਜਾਂ ਮਗਰ ਨੇ ਗੱਲਾਂ ਦਾ ਦੋ ਹੀ ਨੇ ਯਾਰ ਹੁਣ ਤੇਰੀ ਬੱਕਰੀ ਅੱਖਾਂ ਇੱਥੋਂ ਅੱਛਾ ਇੱਕ ਦੀ ਹੋਦ ਵਾਦਨਾ ਹੈ ਯਾਰ ਚਾਚਾ ਪਤਾ ਗੱਲ ਚਾਹੇ ਇੱਕ ਦਵਾ ਚਾ ਇੱਕ ਵੀ ਨਾ ਦਵਾ ਗੱਲ ਮੈਂ ਤਾਂ ਇਹ ਕਰਦਾ ਐ ਕੋ ਦਵਾਈ ਹੁਣ ਯਾਰ ਬੱਕਰੀ ਦਾ ਖਾਲ ਦਾ ਘਟਦਾ ਹੁਣ 1,000 ਰੁਪਏ ਦਾ ਲਾਓ ਦੂਜਾ ਲੈ ਜੂ ਯਾਰ ਖਾਲ ਘਟਦਾ ਫਿਰ ਤੈਨੂੰ ਪਤਾ ਹੀ ਆ ਹੁਣ ਬੱਕਰੀ ਹੁਣ ਖਾਲ ਦਾ ਘੜਿਆ ਗਿਆ ਯਾਰ ਉਹਦਾ ਨੱਕਾ ਵੱਢਣਾ ਦੇਖੋ ਬਾਈ ਪਾਣੀ ਕੋਈ ਨਹੀਂ ਛੱਡਦਾ ਇਦਾਂ ਖੜਦਾ ਨਾ ਨਹੀਂ ਖਾਲ ਦਾ ਇੱਕ ਮਿੰਟ ਹਟ ਜਾ ਹੁਣ ਤਾਂ ਆਪਾਂ ਮੈਂ ਤਾਂ ਸਾਰੇ ਰਾਹ ਦੇਤਾ ਵੀਰੇ ਯਾਰ ਯਾ ਦੇਖ ਸਾਰਾ ਕੁਝ ਆਪਾਂ ਕਰ ਲਿਆ ਇਦੋਂ ਬਾਅਦ ਜਦੋਂ ਕੋਈ ਵਾਲਾ 1,000 ਖੰਡ ਪਾ ਕੇ ਲੈ ਜਾਈ ਨਹੀਂ ਹਜੇ ਉਹ ਤਾਂ ਮੰਨ ਨਹੀਂ ਮੰਨਦਾ ਕਹਿੰਦਾ ਮੋਟਰ ਦਾ ਸ਼ੀਰ ਹੀ ਛੱਡਣਾ ਹੱਲੇ ਸ਼ੀਰ ਛੱਡੀ ਖੜਾ ਹੈ ਕਾ ਆਪਾਂ ਤਾਂ ਖਾਲਾ ਤਿਆਰ ਕਰਦਾ ਸ਼ੀਰ ਛੱਡਦਾ ਮੋਟਰ ਵਾਲਾ ਹੁਣ ਚਾਚਾ ਦੇਖੀ ਸਾਡੇ ਬੱਚੀ ਬੱਕਰੀ ਨਹੀਂ ਉਹ ਖੜ ਗਿਆ ਸਲਾ ਬਾ ਬੱਕਰੀ ਤੈਨੂੰ ਦੇਤੀ
ਤੇਰੀ ਮਰਜ਼ੀ ਆ, ਜਿੱਦਾਂ ਜੀ ਕਰਦਾ ਬੱਕਰੀ ਦਾ ਕੰਨ ਫੜ ਲਾ ਭਰਾਵਾ। ਲਿਖਾਈ ਤਾਂ ਤੈਨੂੰ ਮੈਂ ਸਿੱਧਾ ਹੀ ਕਹਿਤਾ ਯਾਰ, ਲਿਖਿਆਈ ਪਿੱਛੇ ਨੀ ਮਰਦੇ ਯਾਰ। ਦੂਜੀ ਦਿਖਾ ਹੋ ਗਈ ਬੱਚੀ ਦੀ, ਖੱਬੀ ਦੀ ਦੂਜੀ ਦਿਖਾ ਕੜੀ ਦਿਖਾਉਣਾ ਹੋ ਗਈ ਬਾਈ। ਆ ਲੈ ਫੜ।